खेडे सोना पिछले साल भी मैं सिख कांत तेरा उदार वड्डा
ਲੈ ਇੱਧਰ ਚਿੱਟੀ ਦੀ ਟੀਮ ਦੇ ਵੱਲੋਂ ਫਿਰ ਨਾਗਵਾਂਦੀ ਪੈਂਦੀ ਹੈ ਕਬੱਡੀ ਕਿ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਤੇ ਦੇਖਦਾ ਜਮਾਨਾ ਯਾਰ ਉਖੜ ਖੜ ਕੇ ਜਿਹਨਾਂ ਰੋਲਤੀ ਜਵਾਨ ਕੁੜੀਆਂ ਦੇ ਸਿੰਘ ਫਸਲੇ ਇੱਥੇ ਹਿੰਨ ਤਾਰੇ ਹੋਣੇ ਆ ਨਾਲ ਦੀ ਨਾਲ ਬੇਅੰਤਗੀ ਦੀ ਜਾ ਰਹੀ ਹੈ ਸਤਿਕਾਰ ਦੇ ਬੀਬੀਆਂ ਭੈਣਾਂ ਦੇ ਚਰਨਾਂ ਦੇ ਵਿੱਚ ਕਿ ਉਹਨਾਂ ਦੇ ਬੈਠਣ ਦੇ ਵਾਸਤੇ ਬਹੁਤ ਵਧੀਆ ਪ੍ਰਬੰਧ ਕੀਤਾ ਹੈ ਸਾਡੀ ਪ੍ਰਬੰਧ ਕਮੇਟੀ ਨੇ ਸਤਿਕਾਰ ਦੇ ਬੀਬੀਆਂ ਭੈਣਾਂ ਵੀ ਖੇਡ ਮੈਦਾਨ ਦੇ ਅੱਡਾ ਹੋ ਕੇ ਪੁੱਤ ਬਣੇ ਕਪਤਾਨ ਕਬੱਡੀ ਦਾ ਇੱਧਰ ਫਿੱਟ ਕੇ ਵੀ ਪੈਂਦੀ ਹੈ ਕਬੱਡੀ ਹੈ ਕਿ ਖੇਡ ਨਹੀਂ ਕਬੱਡੀ ਦੀ ਖੇਡਾਂ ਵਿੱਚ ਵੱਡੀਏ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਪੁੱਜੇ ਹੋਏ ਸਾਡੇ ਵੀਰ ਬਹੁਤ ਬਹੁਤ ਧੰਨਵਾਦ ਨਾਲ ਹੀ ਬਲਜਿੰਦਰ ਘੁੰਮਣ ਜੀ ਪ੍ਰਸਿੱਧ ਬੁਲਾਰੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਇੱਧਰ ਤਪਿੰਦਰ ਪਵਨ ਨਾਗਵਾਨ ਕਾਲੇ ਸਿੰਘਿਆਂ ਵਾਲਾ ਜਿਹੜੀ ਟੀਮ ਜਿੱਤੇਗੀ ਹਾਰ ਤੇ ਨਿਜਰਾ ਖੇਡ ਮੈਦਾਨ ਵਿੱਚ ਆ ਜਾਣ ਬਿਨਾਂ ਦੇਰ ਕੀਤਿਆਂ ਪਧਾਰ ਤੇ ਨਿਜਰਾ ਚਾਂਟ ਕਿਲੋ ਸੈਮੀ ਫਾਈਨਲ ਮੈਚ ਹੋਵੇਗਾ ਗੁਰਦਾਸ ਵਿੱਚ ਸੈਮੀ ਫਾਈਨਲ ਮੈਚ ਖੇਡਣ ਦੇ ਲਈ ਕਿ ਆ ਗਏ ਨੇ ਮੈਦਾਨ ਵਿੱਚ ਖਿੱਚ ਕੇ ਤਿਆਰੀਆਂ ਮਿਹਨਤਾਂ ਦੇ ਨਾਲ ਦੇਖੋ ਬਾਡੀਆਂ ਸ਼ਿੰਗਾਰੀਆਂ ਲੱਗਣਾ ਮੈਦਾਨ ਵਿੱਚ ਜ਼ੋਰ ਚੋਟੀ ਅੱਡੀ ਦਾ ਬੰਦਾ ਕੋਡੀ ਤੋਂ ਹੀਰਾ ਹੋ ਜਾਂਦਾ ਜਿਹਨੂੰ ਲੱਗ ਜਾ ਇਸ਼ਕ ਕਬੱਡੀ ਦਾ ਲੱਖ ਲੱਖ ਮੁੱਲ ਪੈਂਦਾ ਕੱਲੀ ਕੱਲੀ ਰੇੜ ਦਾ ਜੀ ਜਿੰਦ ਨਾਲ ਜਿਹੜਾ ਯਾਰ ਉਹ ਹੈ ਕਬੱਡੀ ਖੇਡਦਾ ਲੈਂਦਾ ਨੀ ਸਹਾਰਾ ਜਿਹੜਾ ਗੋਲੀਆਂ ਦੀ ਡੱਬੀ ਦਾ ਬੰਦਾ ਕੋਡੀ ਚੋਂ ਹੀਰਾ ਹੋ ਜਾਂਦਾ ਜਿਹਨੂੰ ਲੱਗ ਜਾ ਇਸ਼ਕ ਕਬੱਡੀ ਦਾ ਲੱਗਿਆ ਹੈ ਇਸ਼ਕ ਉਹਨਾਂ ਨੌਜਵਾਨਾਂ ਨੂੰ ਲਾ ਕਾਲੇ ਸਿੰਘਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਡੱਕ ਲੈਣ ਦੀ ਲਾ ਪੰਮੇ ਵੀ ਦਾ ਹੁਕਮ ਨਹੀਂ ਵੱਜਿਆ ਇਹਦੇ ਹਰਵਿੰਦਰ ਧਾਮੀ ਹੁਣਾਂ ਦੀ ਵਿਸਲ ਲੱਗ ਗਈ ਹੈ ਰੈਫਰੀ ਬਣਿਆ ਬਿਸਲਾ ਮਾਰੇ ਕਰੇ ਇਸ਼ਾਰੇ ਫੈਸਲੇ ਕਰਦਾ ਦੇਣਾ ਗਲਤ ਕੋਈ ਅੰਕ ਨਹੀਂ ਕਿਸੇ ਦੇ ਤਾਈ ਮਨ ਵਿੱਚ ਸਾਈਂ ਦੇ ਕੋਲੋਂ ਡਰਦਾ ਜੋ ਚੱਲੇ ਅਸੂਲਾਂ ਤੇ ਨਾ ਰੱਬ ਭੁਲਾਵੇ ਜਗ ਤੋਂ ਪਾਵੇ ਸੋਭਾ ਵੱਡੀ ਮਨਾ ਖੇਡ ਪੰਜਾਬੀਆਂ ਦੀ ਜਗ ਤੋਂ ਪਿਆਰੀ ਨਿਆਰੀ ਆਦੋ ਕਬੱਡੀ ਮਨਾ ਖੇਡ ਪੰਜਾਬੀਆਂ ਦੀ ਜਗ ਤੋਂ ਪਿਆਰੀ ਨਿਆਰੀ ਆਦੋ ਕਬੱਡੀ ਉੱਥੇ ਸਾਡੇ ਕੋਚਾਂ ਬਾਰੇ ਵੀ ਲਿਖਦੇ ਆ ਬਹੁਤ ਬਹੁਤ ਧੰਨਵਾਦ ਇਹਦੇ www.kabaddi24.com ਸੰਧੂ ਪ੍ਰੋਡਕਸ਼ਨ ਲਾਂਬੜਾ ਉਹ ਵੀ ਵੀਰ ਜੁੜੇ ਹੋਏ ਖੇਡ ਮੈਦਾਨ ਦੇ ਨਾਲ ਅੱਜ ਬਾਹਰ ਬੈਠੇ ਪ੍ਰਦੇਸੀ ਵੀਰ ਇਹਨਾਂ ਕਾਲੇ ਸਿੰਘਾਂ ਵੱਲੋਂ ਪਵਨ ਨਾਗਵਾਨ ਦੀ ਪਾਈ ਹੋਈ ਕਬੱਡੀ ਨਿਜਰਾ ਦੀ ਟੀਮ ਦੇ ਖਿਡਾਰੀ ਨੂੰ ਬੇਨਤੀ ਕੀਤੀ ਜਾ ਰਹੀ ਹੈ ਨਾਲ ਦੀ ਨਾਲ ਬੇਨਤੀ ਆ ਵੀ ਓਪਨ ਪਿੰਡ ਪੱਧਰ ਜਿੰਨੀਆਂ ਵੀ ਟੀਮਾਂ ਪੁੱਜ ਰਹੀਆਂ ਹੈ ਖਿਡਾਰੀ ਵੀ ਆਪ ਆਪਣੀਆਂ ਟੀਮਾਂ ਜਿਹੜੀਆਂ ਐਂਟਰ ਕਰਵਾਉਣ ਕੋਨਾ ਪੰਡਾਲ ਜੀ ਪੁੱਜੇ ਆਪਣੇ ਸਾਥੀਆਂ ਸਮੇਤ ਬਹੁਤ ਬਹੁਤ ਧੰਨਵਾਦ ਹੈ ਵੀ ਸੁਰਗਪੁਰ ਦੇ ਖਿਡਾਰੀ ਚਾਂਟ ਕਿਲੋ ਜਿਨ੍ਹਾਂ ਨੇ ਕਾਲੇ ਮੱਲੀ ਪੰਡਾਲ ਜੀ ਦਾ ਜਦੋਂ ਖੇਡਣ ਦੇ ਫਿਕਰ ਕਰਾਂਗੇ ਕੱਲੇ ਕੱਲੇ ਖਿਡਾਰੀਆਂ ਲਾ ਇੱਧਰ ਤਪਿੰਦਰ ਸਿੰਘ ਕਾਲੇ ਸਿੰਘਿਆਂ ਵਾਲਾ ਬਾਬਾ ਕਾਲਦਾਸ ਜੀ ਦੀ ਅਪਾਰ ਕਿਰਪਾ ਕਦੇ ਕਦੇ ਵੀ ਹਿੰਡਰ ਮਾਲ ਵਰਗੇ ਦੂਜੀ ਵਰਗੇ ਜਸੀਰ ਰੁਕੀ ਵਰਗੇ ਆ ਫਿਰ ਵੀ ਵਰਤਮਾਨ ਜੀ ਦੇ ਕਰੀਏ ਕਾਲੇ ਸਿੰਘਾਂ ਦੇ ਕੁੱਬੇ ਦਾ ਨਾਮ ਫਿਰ ਵੀ ਤਾਜੇ ਦੇ ਸੱਪ ਲੱਗੀ ਦੂਰ ਅੱਖੇ ਮਨਾਵਾਂ ਜੋ ਤੰਦਰੁਸਤ ਹੋਏਗਾ ਬੱਲੇ ਬੱਲੇ ਕਰਾਵੇਗਾ ਫਿਰ ਕਹਿੰਦੇ ਵੀ ਬੱਲੀ ਵਰਗੇ ਕਾਲੂ ਵਰਗੇ ਉਬਲੇ ਵਰਗੇ ਵਾਸਤਾ ਵਿਸਤਾਰ ਬਣਾ ਹੋਇਆ ਹੈ ਕਾਲੇ ਸਿੰਘ ਸ਼ਿੰਦਰ ਕਰਨ ਦੀ ਗੱਲ ਹੈ ਕਾਲੇ ਸਿੰਘਾਂ ਵੱਲੋਂ ਅਗਲੀ ਕਬੱਡੀ ਖੇਡ ਮੈਦਾਨ ਵਿੱਚ ਨਾਲ ਖੁਦ ਧੰਨਵਾਦ ਗੋਰਾ ਹਾਈਫਾ ਡੀਜੇ ਸਾਊਂਡ ਸਰਵਿਸ ਕਾਲਾ ਸਿੰਘਿਆ ਬਹੁਤ ਬਹੁਤ ਧੰਨਵਾਦ ਸਿੰਘਾ ਕਬਸੀਤਾ ਚੱਲੀਆਂ ਨੇ ਇਹਦਾ ਚਿੱਟੀ ਦੀ ਟੀਮ ਦੇ ਵੱਲੋਂ ਪਾਈ ਹੋਈ ਕਬੱਡੀ ਹੈ 13, 14 ਤੇ 15 ਤਰੀਕਾਂ ਹੋਣਗੀਆਂ ਫਰਵਰੀ ਦੀਆਂ ਚਿੱਟੀ ਦੇ ਖੇਡ ਮੇਲੇ ਦੀਆਂ ਜਿੱਥੇ 15 ਤਰੀਕ ਨੂੰ ਔਰ ਕਾਲੇ ਸਿੰਘਾਂ ਦਾ ਖੇਡ ਮੇਲਾ 17, 18 ਤੇ 19 ਫਰਵਰੀ ਦੀਆਂ ਤਰੀਕਾਂ ਹੋਣਗੀਆਂ ਸਭ ਨੂੰ ਪਿਆਰ ਦੱਸਦੇ ਨੇ ਕਾਲੇ ਸਿੰਘਾਂ ਦੇ ਖੇਡ ਮੇਲੇ ਦੇ ਵਾਸਤੇ ਵੀ 17, 18 ਤੇ 19 ਤਰੀਕਾਂ ਹੋਣਗੀਆਂ ਕਾਲੇ ਸਿੰਘਾਂ ਦੇ ਖੇਡ ਮੇਲੇ ਦੀਆਂ ਇਸੇ ਤਰ੍ਹਾਂ 16, 17 ਤੇ 18 ਤਰੀਕਾਂ ਹੋਣਗੀਆਂ ਫਰਵਰੀ ਦੀਆਂ ਸੁਰਖਪੁਰ ਦੇ ਕਬੱਡੀ ਕੱਪ ਦੀਆਂ ਉਸ ਖੇਡ ਮੇਲੇ ਵਾਸਤੇ ਵੀ ਸਭ ਨੂੰ ਪਿਆਰ ਦਰਸਦੇ ਦਿੱਤੇ ਜਾ ਰਹੇ ਨੇ ਅੱਜ ਕਹਿੰਦੇ ਵੀ 9 ਫਰਵਰੀ ਨਿਜਰਾ ਦੇ ਖੇਡ ਮੇਲੇ ਦੀ ਗੱਲ ਹੋ ਰਹੀ ਹੈ ਕੱਲ ਨੂੰ ਬਾਸੀਆਂ ਘੱਟ ਦਾ ਕਬੱਡੀ ਕੱਪ ਹੋਵੇਗਾ ਆਲਮਪੁਰ ਗਲਬਾਂ ਦੇ ਮੈਚ ਹੋਣਗੇ ਪਹਿਲਾ ਇਨਾਮ 51,000 ਦੂਸਰਾ ਇਨਾਮ 41,000 ਰੁਪਏ ਦਿੱਤਾ ਜਾਵੇਗਾ ਬਾਸੀਆਂ ਘੱਟ ਦੇ ਖੇਡ ਮੇਲੇ ਵਾਸਤੇ ਵੀ ਸਭ ਨੂੰ ਪਿਆਰ ਦਰਸਦੇ ਨੇ ਨਾ ਇੱਧਰ ਖੇਡ ਮੈਦਾਨ ਵਿੱਚ ਫਿਰ ਪਵਨ ਨਾਗਵਾਨ ਵਧਾਇਆ ਹੈ ਕਬੱਡੀ ਪਾਉਣ ਦੇ ਲਈ ਨਾ ਲੰਬੀ ਭਾਰ ਮੁੰਡੇ ਦੀ ਕਿ ਰੰਗ ਸਦਾ ਫੁਰ
ਗੱਭਰੂ ਮੰਡੀਆਂ ਮੰਡੀਆਂ ਦਾ ਤੇ ਸੌਰਫੋ ਦਾ ਜਿਹੜਾ ਮੈਚ ਸੀ ਉਹਦੇ ਵਿੱਚ ਮੰਡੀਆਂ ਜਿੱਤੂ ਕਰਾਣਾ ਆ ਉਹ ਪ੍ਰੂਫ ਲਿਆ ਆ ਸੌਰਫੋ ਦੀ ਟੀਮ ਕਰ ਦਿੱਤੀ ਆ हां जी नोट करना जिहड़ा कल मैच होया सुरखपुर ते सादी क्लब मलिया दा सही साथ इस करके मलिया दी टीम जिहड़ी जेतू करार दित्ती गई है इधर हुण गल करिए खेड मैदान दी भाई मलिया मलिया वाले कपड़े ला के बैठ चल जाण नेचर नाल बाज होणा मैं काले संगे नाल होगा 64 किलो दा सेमीफाइनल 64 किलो दा सेमीफाइनल मैच होऊगा हेलो भाई निजला दे खिलाड़ी नोट कर लैण प्रबंधक कमेटी वल्लों फैसला कीता गया जेकर टीम समय ना नहीं पहुंचेगी तो पधार नूं जेतू करार भी दिता जा सकता है किसी टीम ने कोई पक्षपात नहीं किया ला पवन नौजवान फिर पाता है अगली कबड्डी ला उचा लमा कद नौजवान का साबी हो सिखी मैं गुरु गोबिंद सिंह का पुत्र रख सकते केस निशानी बाद विच पाए कड़े दी ते तरदा सिखी उसे दी हो जावे सिखी उसे दी हो जावे इधर तपिंदर सिंह काले सिंघां दी टीम दे वल्लों फिर कबड्डी पाउण दे लई वधिया है गबरू हुण तक कदे भी कोशिश कीती है नारवन ने गुट फड़ के कैंची लाउण दी कि एक वारी सवार ना कैंची यारो जे जड़ हो जावे बड़ा औखा है रेडर दा छुटना समझ लो ओ फड़ हो जावे कई भड़के बगल रोधियां नूं करदे आ राख मित्रों कबड्डी फिर खेड मैदान विच चिट्टी दी टीम दे वल्लों ला डबल टच हो गया कि नहीं हो पैंदा मुल्लकार ओदी जित हमेशा दोस्तों जेड़ा पहला करजे वार जेड़ा पहला करजे वार ला इधर ताड़ियां मार दो निजरां दी टीम श्री गुरु हरगोबिंद साहिब सपुर साहब निजर जो टीम खेड मैदान करनी सख्त पैंदियां मेहनत जित किस्मत च हुंदी फेर इन्ना सौखा नहीं हुंदा दोस्तों तोड़ना टीसी वाला लाल बराबर जैसे बराबर दिया कबड्डियां पैदा हुई एक होर नंबर हम लगभग चिट्टी की टीम के बाद जुड़े का संघर्ष किया जा रहा है ये जो मुकाबला खेला गया क्वार्टर फाइनल का भारत 68 किलो चिट्टी के काला सिंह इस मैच के चिट्टी के 12 नंबर काले सिंह के 15 नंबर काला सिंह जेतू दोनों दिन खेला जाएगा ये टीम भी तैयार रहे काला सिंह सिनेमा दोनों मेरे तो सजे हथ पिंड वाले पासे निजड़ा वाली शहर से पधार की टीम है ला पधार की टीम के वलों पहली कबड्डी अमन नौजवान की पहला नंबर इस रेडर के वास्ते बुरदा है पावी नागवान कबड्डी रही से फिर खेल मैदान पदार की टीम दे हुण इधर चार जाहे पूरी तैयारी के विच ने कि जिहड़ी खेडदा सी यार मुल कौडी अज हजारां ते लखां नूं पार कर गई जिहड़े खिडारी तरसदे सी साइकलां नूं उहनां नूं महंगीआं गड्डियां ते सवार कर गई ओलंपिक विच वी मैं जरूर आऊं बाकी खेडों नाल कबड्डी इकरार कर गई पधार वाले जो खेडो जी जान नाल ते कबड्डी उन्हां दा बेड़ा पार कर गई पधार वाले जो खेडा जिन्हे हुण जफा भरिया अपनी टीम दे वल्लों चलो अमने आप पार कबड्डी अमने नौजवान की पैंदी है कबड्डी खेड मैदान के डंड मैं बैठका मार जिन्हों ने मेहनत लाइया ने विच मैदान के होंदिया उन्हों दिया चढ़ाइया ने दुद्ध मक्खन पाले सोड़े शरीर सवारे आ खेडो खेड कबड्डी मित्रों बड़े नजारे आ बई खेडो खेड कबड्डी मित्रों बड़े नजारे आ गड्डी के बोलता ना होंगे सलमान जी चंगी खेड दिखाते जेड़े जेड़े खेडो खेड कबड्डी मित्रों बड़े नजारे आ बड़े नजारे आ मां खेड कबड्डी दे आर के भी वड्डे मान सम्मान ला इधर खेड मैदान विच
गगू की पाई है कबड्डी, ताड़िया मार दो अली दे वास्ते के बोल फकीरा अल्लाह ही अल्लाह, बोल फकीरा अल्लाह, मंगण वाली सारी दुनिया ते तू देवन वाला कल्ला ला। ए अली नारवान इस समय तक ओदे साडे विच मनदीप सिंह ते अमरजीत सिंह अंबा निजर कनेडा वो भी साडे दरमियान पुजे है। बहुत बहुत धन्यवाद। कल भी वड्डे मान कीते खिडारी दे लई ला इक सैमी फाइनल मैच जो खेडा जा रहा है। एक पासे निजरा दूसरे पासे पधाड़ ला, पधाड़ वालों फिर पाई है कबड्डी अमन नाजवान दी। भाई साबी क्लब मलिया ने काला संघिया चौन किलो सेमीफाइनल आज दोनों टीमें बैच आ जाए इतवा होना मैच बाप 55 किलो फाइनल मलसिया निजरा सेमीफाइनल दिया ये दोनों टीमें जड़िया ग्राउंड में प्रवेश कर 64 किलो भार दिया। इधर अमन नाजवान निजरा की टीम के वलों फिर पैदा है कबड्डी एक होर नंबर हूँ रिट के बाद जुड़ता है पी है कबड्डी के गुरुआ पीर की मेहर रही मैं कफुला चो आने ना रुकनी है ढोल तमक दी जिते भी पै जाए अड्डी पंजाबियां ने ही पहला चुकनी है कबड्डी खून में रची पंजाबियां दे रकड़ा वालिया खेड़ना जग तो मुकनी है रकड़ा वालिया खेड़ना जग तो मुकनी है ला गोपी नहीं इस मैच तो बाद सेमीफाइनल होना 64 किलो का काला संघिया ते साबी क्लब मलिया का ना। इधर अली नाजवान फिर अमेवीर तकड़ा जफा लाता है टीम के वास्ते ना। इधर मनदीप वीर भी पुजे है। बहुत बहुत धन्यवाद इन्ह सत्कारयोग वीर का। कल भी वड्डे माण कीते मंगी लंबड़ी यूएसए वाले ने कबड्डी पाने के लिए बोलता हतावा तीन राही पूरी तैयारी के बच्चे ने लापधाड़ वाले अमन की कबड्डी ते शेरा नाजवान के शेरा वांगू पालियां अखा साडी हिम्मत वांग चट्टान साडे लहू दे विच गैरता सानू पंजाबी होण दा माण जिते एक चंडली लखा गबरू वाह नाजवान कबड्डी खेड मैदान विच ला। इधर कबड्डी फिर निजरा दी टीम दे वल्लों नाजवान दी पैंदी होई कबड्डी के हुंदा भजदे नूं इको जिन्ना वाण मित्र टक्करे ने हारियां नूं हार मित्र चुकदे ना सिर जे सिरी सप दी देख लै ग्राउंड च जवाब। फिर अगली कबड्डी पाउण दे लई बोलदा है तावा। इधर हुण चार राही पूरी तैयारी दे विच ने कान डकदा अली नाजवान के मिट्टी ना फरोल जोगिया नहीं उह लपड़े लाल गवाचे मिट्टी ना फरोल जोगिया ला। अगली कबड्डी अमन नाजवान फिर पाउण दे लई बोलदा है तावा कि रेडर पाउण रेडा जाफी लाउण जाफे वजदियां धाणा नाले वजदे ने तफे खिडारियां दे यार देख कबड्डी जैसी होरी खेड होर कोई ना। मूह स्प्रे मंगी लंबड़ी जसवीर कोल भी है वो ग्राउंड पाउण कर दे मूह स्प्रे जसवीर कोल भी है उमरगाची करो पाउण दी खिडारियां दे लई ला। सेमीफाइनल मैच खेडा जा रहा है कि फस गया मैच फस गईयां कुंडियां बाहर बैठे लोग गल्लां करदे टीमां दोनों चंडियां कौन खिचू गिटे कौन पाऊगा कबड्डी यार चुक चुक के जिहदियां पट्टां ते जिद्दां नूं मित्रो उहनें जाणा जित के। इधर पाई है कबड्डी ला अमन नाजवान दी। अमन फिर पाउंदा है कबड्डी खेड मैदान विच ते शेरा नाजवान गुट फड़ के दफा ला दी करदा है कोशिश कि जे होवे कबड्डी खेडनी चाहीदी डालियां दे विच जान आण किनारी शूक दे जिवें सागरां विच तूफान धरती नूं मशान ते कल्ले नूं कल्ला टकरे ते पखदा फेर मैदान कल्ले नूं कल्ला टकरे ते पखदा फेर मैदान। इधर कबड्डी अमन नाजवान
डिपैच की है ते जीवन फिर कोशिश करता तारिया मार दो मुंडे वास्ते ना सैमीफाइनल मैच खेडा जा रहा है नंबर निजरा दी टीम दे वास्ते ते कबड्डी फिर गगू दी पदार दी टीम दे वल्लों इधर शेरा तारिया मारो मुंडे दे वास्ते तिकड़ा जा फेल आ रहा इस वे निजरा दी टीम दे वास्ते ना शेरा नारवान करदा है कोशिश डक लैण दी 30 सेकंड बीते जा रहे ने हुण तकदे में साढ़े सतकरदार जी तुगर साहब की इशारा करनगे जां पम्मे दा हुटर पहला वजेगा ला वज गया हुटर कमेटी मैंबर इधर कबड्डी फिर खेड़ मैदान